ਜੇਕਰ ਤੁਸੀਂ ਕਿਸੇ ਵੀ ਸਪੋਰਟ ਦੇ ਨਾਲ ਜੁੜੇ ਹੋਏ ਹੋ ਅਤੇ ਓਮਨੀ ਨਿਊਜ਼ ਜਾਂ ਪੰਜਾਬੀ ਸਪੋਰਟਸ ਉੱਪਰ ਆਪਣੀ ਕਵਰੇਜ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਕੰਟੈਕਟ ਕਰੋ। ਹੁਣ ਚਲਦੇ ਹਾਂ ਹਮੇਸ਼ਾ ਦੀ ਤਰ੍ਹਾਂ ਵਰਲਡ ਜਿਮ, ਜਿੱਥੇ ਬਿੰਦੀ ਮੈਕਰਕ ਸਾਨੂੰ ਲੇਡੀ ਸਪੈਸ਼ਲ ਫਿਟਨੈਸ ਟਿਪਸ ਦਿੰਦੇ ਹਨ। ਆਓ ਦੇਖਦੇ ਹਾਂ ਅੱਜ ਉਹ ਸਾਡੇ ਲਈ ਕੀ ਨਵੀਂ ਇਨਫੋਰਮੇਸ਼ਨ ਲੈ ਕੇ ਆਏ ਹਨ। ਅੱਜ ਦੇ ਫਿਟਨੈਸ ਫੋਰ ਲਾਈਫ ਦੇ ਸੈਗਮੈਂਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈਗਾ। ਮੇਰਾ ਨਾਮ ਹੈਗਾ ਬਿੰਦੀ ਅਤੇ ਅੱਜ ਮੈਂ ਤੁਹਾਡੇ ਨਾਲ ਇੱਕ ਨਵੀਂ ਐਕਸਰਸਾਈਜ਼ ਸਾਂਝੀ ਕਰਾਂਗੀ। ਇਹ ਐਕਸਰਸਾਈਜ਼ ਹੈਗੀ ਆ ਅਪਰਾਈਟ ਰੋਲ। ਇਹ ਆਪਣੇ ਮੋਢਿਆਂ ਵਾਸਤੇ ਹੈਗੀ ਆ ਅਤੇ ਇਹ ਆਪਾਂ ਕਰਾਂਗੇ ਕੇਬਲਸ ਮਸ਼ੀਨ ਦੇ ਉੱਤੇ। ਸੋ ਆਈ ਮੀਨ ਮਸ਼ੀਨ ਕਹਿ ਲਓ ਪਰ ਕੇਬਲਸ ਹੈ ਤਾਂ ਐਸੀ ਐਕਸਰਸਾਈਜ਼ ਜਿਹਦੇ ਵਿੱਚ ਆਪਾਂ ਕੋਰ ਯੂਜ਼ ਕਰਦੇ ਹਾਂ, ਪਰ ਬਿਕੋਜ਼ ਇਹ ਮਸ਼ੀਨ ਦੇ ਨਾਲ ਜੁੜੀ ਹੋਈ ਆ ਆਪਾਂ ਇਹਨੂੰ ਮਸ਼ੀਨ ਸਮਝ ਕੇ ਹੀ ਕਹਾਂਗੇ। ਸੋ ਇਹ ਕੇਬਲਸ ਦੇ ਉੱਤੇ ਤੁਸੀਂ ਕੇਬਲਸ ਨੂੰ ਥੱਲੇ ਤੱਕ ਲਿਆਉਣਾ ਆ ਤਾਂ ਕਿ ਪੂਰੇ ਲੋਅਰ ਲੈਵਲ 'ਤੇ ਫਲੋਰ ਦੇ ਨਜ਼ਦੀਕ ਹੋਵੇ। ਤੁਸੀਂ ਕੇਬਲਸ ਦੇ ਉੱਤੇ ਬਾਰ ਲਾਉਣਾ ਆ ਤੁਹਾਡੇ ਚੋਇਸ ਦਾ, ਆਈ ਮੀਨ ਤੁਸੀਂ ਰੋਪ ਵੀ ਲਾ ਸਕਦੇ ਹਾਂ, ਪਰ ਅੱਜ ਆਪਾਂ ਜਿਹੜੀ ਦੇਖਾਂਗੇ ਉਹ ਬਾਰ ਦੇ ਨਾਲ ਆ, ਚਾਹੇ ਉਹ ਸਿੱਧਾ ਬਾਰ ਹੋਵੇ ਚਾਹੇ ਬਾਰ ਜਿਹਦੇ ਵਿੱਚ ਗਰੂਵਸ ਹੈਗੇ ਨੇ। ਪਰ ਇਸ ਬਾਰ ਨੂੰ ਲਾ ਕੇ ਤੁਸੀਂ ਕੇਬਲ ਨੂੰ ਥੱਲੇ ਸੈੱਟ ਕਰਦੇ ਹੋਏ ਆ, ਤੁਸੀਂ ਇਹਨੂੰ ਚੁੱਕ ਕੇ ਖੜ੍ਹੇ ਹੋਣਾ, ਕੇਬਲਸ ਨੂੰ ਆਪਦੇ ਮੂਹਰੇ ਰੱਖਣਾ ਬਹੁਤ ਹੀ ਨਜ਼ਦੀਕ ਤਾਂ ਕਿ ਆਲਮੋਸਟ ਲੱਗੇ ਵੀ ਤੁਹਾਡੇ ਲੱਤਾਂ ਦੇ ਨਾਲ ਇਹ ਟੱਚ ਕਰ ਰਿਹਾ ਆ। ਸੋ ਬਾਰ ਨੂੰ ਉੱਪਰ ਲਿਆਉਂਦੇ ਹੋਏ ਆ ਤੁਸੀਂ ਆਪਦੇ ਹੱਥਾਂ ਨੂੰ ਬਾਹਾਂ ਨੂੰ ਉੱਪਰ ਨੂੰ ਚੁੱਕਣਾ ਆ ਤਾਂ ਕਿ ਤੁਹਾਡੀਆਂ ਕੂਹਣੀਆਂ ਤਕਰੀਬਨ ਤੁਹਾਡੇ ਮੋਢਿਆਂ ਦੇ ਨਾਲ ਲੈਵਲ ਹੋ ਜਾਣ। ਜਦੋਂ ਇੱਥੇ ਆ ਗਈਆਂ ਤੁਹਾਡੀਆਂ ਕੂਹਣੀਆਂ ਤਾਂ ਤੁਹਾਨੂੰ ਪਤਾ ਵੀ ਇਸ ਵੇਲੇ ਤੁਹਾਡੀ ਅਲਾਈਨਮੈਂਟ ਐਂਡ ਠੀਕ ਆ। ਇੱਥੇ ਇੱਕ ਸੈਕਿੰਡ ਲਈ ਸਕੁਈਜ਼ ਕਰਦੇ ਹੋਏ ਆ ਤੁਸੀਂ ਫੇਰ ਹੌਲੀ ਦੇ ਨੇ ਵਾਪਸ ਬਾਹਰ ਨੂੰ ਲਿਆਵੋ ਤਾਂ ਕਿ ਤੁਹਾਡੀਆਂ ਬਾਹਾਂ ਥੱਲੇ ਨੂੰ ਆ ਜਾਣ ਅਤੇ ਫਿਰ ਤੀ ਸਿੱਧੀਆਂ ਹੋ ਜਾਣ। ਕੇਬਲ ਨੂੰ ਬਹੁਤ ਜ਼ਰੂਰੀ ਹੈ ਕਿ ਆਪਦੇ ਨਜ਼ਦੀਕ ਰੱਖੋ ਆਪਦੀ ਬਾਡੀ ਦੇ ਤਾਂ ਕਿ ਤੁਸੀਂ ਮੂਰ ਨੂੰ ਨਾ ਜ਼ਿਆਦਾ ਹਿੱਲੋ ਅਤੇ ਤੁਹਾਡੀ ਬਾਕੀ ਦੀ ਬਾਡੀ ਨਾ ਕੰਮ ਕਰੇ, ਸਿਰਫ ਸ਼ੋਲਡਰਸ ਕੰਮ ਕਰਨ। ਸੋ ਅਗੈਨ ਇਸੀ ਤਰ੍ਹਾਂ ਠੀਕ ਵੇਟ ਨੂੰ ਐਡਜਸਟ ਕਰਕੇ ਤੁਸੀਂ ਬਾਹਾਂ ਨੂੰ ਉੱਪਰ ਨੂੰ ਲਿਆਉਣਾ ਆ ਅਤੇ ਫਿਰ ਰਿਲੀਜ਼ ਕਰਦੇ ਹੋਏ ਆ ਬਾਹਾਂ ਨੂੰ ਥੱਲੇ ਲਿਆਉਣਾ ਆ। ਬਾਰ ਤਕਰੀਬਨ ਤੁਹਾਡੇ ਪੱਟਾਂ ਦੇ ਮੂਹਰੇ ਰੈਸਟ ਕਰੂਗਾ ਜਦੋਂ ਬਾਹਾਂ ਸਿੱਧੀਆਂ ਹੋਣ। ਜਿੰਨੇ ਵੀ ਤੁਹਾਨੂੰ ਰੈਪੀਟੇਸ਼ਨਸ ਠੀਕ ਲੱਗਦੇ ਆ ਤੁਸੀਂ ਇਸ ਤਰ੍ਹਾਂ ਕਰੋ। ਇਹ ਤੁਹਾਡੀ ਸ਼ੋਲਡਰਸ ਵਾਸਤੇ ਬਹੁਤ ਹੀ ਚੰਗੀ ਐਕਸਰਸਾਈਜ਼ ਹੈ, ਥੋੜ੍ਹੀ ਜੀ ਡਿਫਰੈਂਟ ਆ ਅਤੇ ਇਹਦੇ ਵਿੱਚ ਬਹੁਤ ਜ਼ਰੂਰੀ ਆ ਬਿਕੋਜ਼ ਆਪਾਂ ਕੇਬਲਸ ਯੂਜ਼ ਕਰ ਰਹੇ ਹਾਂ, ਆਪਣੀ ਟੂਈ ਦੀ ਕੋਈ ਸਪੋਰਟ ਹੈ ਨਹੀਂ। ਤੁਸੀਂ ਐਬਡੋਮੀਨਲਸ ਨੂੰ ਅੰਦਰ ਰੱਖੋ ਅਤੇ ਆਪਦੇ ਕੋਰ ਨੂੰ ਸਟਰੋਂਗ ਰੱਖੋ ਤਾਂ ਕਿ ਲੋਅਰ ਬੈਕ ਨੂੰ ਕੋਈ ਵੀ ਇੰਜਰੀ ਹੋਣ ਦਾ ਖਤਰਾ ਨਾ ਹੋਵੇ। ਸੋ ਇਹ ਸੀਗੀ ਅਪਰਾਈਟ ਰੋ ਕੇਬਲਸ ਦੇ ਉੱਤੇ। ਸ਼ਾਇਦ ਅਗਲੇ ਟਾਈਮ ਜਦੋਂ ਤੁਸੀਂ ਥੋੜ੍ਹਾ ਜਿਹਾ ਆਪਦੇ ਸ਼ੋਲਡਰਸ ਲਈ ਕੁਛ ਡਿਫਰੈਂਟ ਟਰਾਈ ਕਰਨਾ ਮੰਗਦੇ ਹਾਂ ਤਾਂ ਇਸ ਐਕਸਰਸਾਈਜ਼ ਨੂੰ ਟਰਾਈ ਕਰ ਸਕਦੇ ਹਾਂ। ਅਗੇਨ ਭਾਰ ਉਸ ਤਰ੍ਹਾਂ ਦਾ ਉਠਾਵੋ ਜਿਹੜੇ ਤੁਹਾਡੇ ਵਾਸਤੇ ਠੀਕ ਆ, ਜ਼ਿਆਦਾ ਹੈਵੀ ਭਾਰ ਚੁੱਕਣ ਦੀ ਕੋਈ ਜ਼ਰੂਰਤ ਨਹੀਂ ਗੀ। ਜਦੋਂ ਤੁਸੀਂ ਥੋੜ੍ਹੇ ਜਿਹੇ ਐਡਵਾਂਸਡ ਹੋ ਗਏ ਫਿਰ ਭਾਰ ਨੂੰ ਹੈਵੀ ਕਰ ਸਕਦੇ ਹਾਂ। ਟੈਕਨੀਕ ਦਾ ਠੀਕ ਹੋਣਾ ਬਹੁਤ ਹੀ ਜ਼ਰੂਰੀ ਆ। ਅਗਲੇ ਹਫ਼ਤੇ ਆਪਾਂ ਫਿਰ ਮਿਲਾਂਗੇ ਇੱਕ ਨਵੀਂ ਐਕਸਰਸਾਈਜ਼ ਦੇ ਨਾਲ। ਉਦੋਂ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਹੈਲਥ। ਪੰਜਾਬੀ ਸਪੋਰਟਸ ਦਾ ਸਾਡਾ ਅੱਜ ਦਾ ਸਫ਼ਰ ਇੱਥੇ ਹੀ ਖਤਮ ਹੁੰਦਾ ਹੈ। ਤੁਸੀਂ ਸਾਨੂੰ punjabisports.com, ਫੇਸਬੁੱਕ ਅਤੇ ਯੂਟਿਊਬ 'ਤੇ ਜਾ ਕੇ ਫੋਲੋ ਕਰ ਸਕਦੇ ਹੋ। ਕੋਈ ਵੀ ਫੀਡਬੈਕ ਦੇਣੀ ਹੋਵੇ ਤਾਂ ਸਾਨੂੰ ਫੋਨ ਜਾਂ ਈਮੇਲ ਵੀ ਕਰ ਸਕਦੇ ਹੋ। I'll leave you in a last note that to avoid sickness, eat less. To prolong life, worry less. I'm your host, Puneet, with more sports updates. I will see you next week.